ਪਿਆਰਿਓ, ਕਿਸੇ ਵੀ ਅਖਾਣ ਨੂੰ ਅਸੀਂ ਉਚਾਵੀਂ ਨਜ਼ਰੇ ਵੀ ਅਗਰ ਤੱਕੀਏ ਤਾਂ ਇਹ ਗੱਲ ਨਿੱਤਰ ਕੇ ਸਾਡੇ ਸਾਹਮਣੇ ਆ ਜਾਂਦੀ ਹੈ ਵੀ ਉਹਦੇ ਪਿੱਛੇ ਇਨਸਾਨਾਂ ਦੇ ਮੁਸਲਸਲ ਅਤੇ ਬਾਕਾਇਦਾ ਤਜਰਬਾਤ ਲੁਕੇ ਹੁੰਦੇ ਨੇ। ਤਾਂਹੀਓ ਹੀ ਤਾਂ ਇਨਸਾਨੀ ਤਜਰਬਾਤ ਨੂੰ ਅਖਾਣਾਂ ਦਾ ਸੈਂਟਰਲ ਪੁਆਇੰਟ ਜਾਂ ਧੁਰਾ ਆਖਿਆ ਜਾਂਦਾ ਹੈ। ਐਸ ਐਮ ਮਹਿੰਦੀ ਸਾਹਿਬ ਨੇ ਅਤੇ ਜਨਾਬ ਦੂਸਰੇ ਸ਼ਕੀਲ ਦਿਲਦਾਰ ਸਾਹਿਬ ਨੇ, ਵਾਹ ਜੀ ਵਾਹ, ਉਹ ਟੋਰਾਂਟੋ ਤੋਂ, ਉਹਨਾਂ ਕੈਨੇਡਾ ਤੋਂ, ਉਹਨਾਂ ਪੁੱਛਿਆ ਵੀ ਲਫ਼ਜ਼ ਜਿਹੜਾ ਤ੍ਰਿੰਜਣ ਹੈ ਇਹਦਾ ਕੀ ਮਤਲਬ ਹੈ। ਆਪਣੀਆਂ ਕਪਾਹੀ ਹੁੰਦੀਆਂ ਸਨ, ਦੇਸੀ ਕਪਾਹਾਂ, ਉਹਨਾਂ ਨੂੰ ਬੀਬੀਆਂ ਨੇ ਪਹਿਲਾਂ ਚੁਣ ਕੇ ਲਿਆਉਣਾ ਪੈਲੀਆਂ ਦੇ ਵਿੱਚੋਂ, ਚੁਣ ਕੇ ਲਿਆ ਕੇ ਅਤੇ ਝੰਬਣੀ ਨਾਲ ਉਹਨੂੰ ਝੰਬਣਾ, ਜਿਹੜੀ ਕੋਈ ਮਾੜੀ ਮੋਟੀ ਪੱਤਰੀ ਹੋਣੀ ਉਹ ਝੜ ਜਾਣੀ ਥੱਲੇ, ਰੂੰ ਸਾਫ਼ ਹੋ ਜਾਣਾ। ਜਿਹੜੀ ਜਗ੍ਹਾ 'ਤੇ ਬਹਿ ਕੇ ਰਾਤ ਨੂੰ ਸਿਆਲ 'ਚ ਬੀਬੀਆਂ ਮਤਲਬ ਇਹ ਚਰਖਾ ਕੱਤਦੀਆਂ ਸਨ ਨਾ, ਉਹਨੂੰ ਤ੍ਰਿੰਜਣ ਆਉਂਦੇ ਸਨ। ਜਿਹੜੀ ਬੱਚੀ ਕੋਲੋਂ ਤੰਦ ਬਾਰ ਬਾਰ ਟੁੱਟੇ ਉਹਨੂੰ ਸਿੱਖ ਸਮਝਿਆ ਜਾਂਦਾ ਸੀ ਕਿ ਇਹਨੂੰ ਪੂਰੀ ਸਿੱਖਿਆ ਨਹੀਂ। ਉਹਨਾਂ ਮੈਨੂੰ ਆਪਣੇ ਹੱਥ ਦਾ ਬਣਿਆ ਆ ਆਪ ਚਰਖੇ ਦੇ ਉੱਤੇ ਕੱਤ ਕੇ, ਅਤੇ ਜਿਹੜਾ ਉਹਨਾਂ ਆਪਣੇ ਲਈ ਕਫਨ ਤਿਆਰ ਕੀਤਾ ਸੀ ਉਹ ਵੀ ਵਹਾ ਦਿੱਤਾ। ਕੱਤ ਚਰਖਾ ਸ਼ਾਮ ਮਨਾਵੇਂਗੀ, ਨਿਤ ਖੇਡਣ ਨੂੰ ਪੁਛਤਾਵੇਂਗੀ, ਨਾਈ ਬਦੋਵਾਲ ਦਾ ਅਤੇ ਇਹੀ ਗੱਲਾਂ ਪਾਲਦਾ। ਦੱਸਿਆ ਜਾਂਦਾ ਵੀ ਬਦੋਵਾਲ ਪਿੰਡ ਦਾ ਜਿਹੜਾ ਨਾਈ ਹੈ ਉਹ ਇਸੇ ਗੱਲ ਦੇ ਲੱਗਾ ਰਹਿੰਦਾ ਹੈ ਕਿ ਕਿਤੇ ਨਾ ਕਿਤੇ ਕੋਈ ਵਿਆਹ ਸ਼ਾਹ ਹੁੰਦਾ ਰਹੇ ਜੀ, ਅਤੇ ਉਹਨੂੰ ਲਾਗ ਸ਼ਾਗ ਮਿਲਦੇ ਰਹਿਣ, ਉਹਦਾ ਕੰਮ ਤੁਰਿਆ ਰਹੇ। ਪੂਰੇ ਹਿੰਦੁਸਤਾਨ ਦਾ ਸਭ ਤੋਂ ਵਡੇਰਾ ਖੁਸਰਾ ਸੀ ਨਾ, ਉਹ ਇਸ ਪਿੰਡ 'ਚ ਰਹਿੰਦਾ ਸੀ। ਪਿੰਡ ਦੇ ਵਿੱਚ ਜਿਹੜੀ ਖੂਹੀ ਸੀ ਜੀ, ਜਿਹਨੂੰ ਅੱਜ ਵੀ ਮਿੱਠੀ ਖੂਹੀ ਆਉਂਦੇ ਨੇ, ਲੇਕਿਨ ਉਹ ਬੰਦ ਹੋ ਗਈ ਹੁਣ ਵੀ, ਉਹਦੇ ਵਿੱਚ ਉਹਨਾਂ ਖੰਡ ਦੀਆਂ ਬੋਰੀਆਂ ਲਮਕਾ ਛੜੀਆਂ ਖੁਸਰਿਆਂ ਨੇ। ਜਿਹੜੀ ਕੋਈ ਕਿਸੇ ਦੀ ਸੀਅਤ ਹੁੰਦੀ ਹੈ ਨਾ, ਹਾਂਜੀ, ਉਹਨੂੰ ਉਸੇ ਹਸੀਅਤ ਦੇ ਮੁਤਾਬਕ ਇੱਜ਼ਤ ਆਦਰ ਮਾਣ ਸਤਿਕਾਰ ਦੇਣਾ ਚਾਹੀਦਾ ਚਾਹੀਦਾ। ਜਾਹਿਲ ਕੋ ਅਗਰ ਜੋਹਲ ਕਾ ਇਨਾਮ ਦਿਆ ਜਾਏ, ਇਸ ਹਾਦਸਾ ਵਕਤ ਕੋ ਕਿਆ ਨਾਮ ਦਿਆ ਜਾਏ, ਔਰ ਰਿੰਦੋ ਕੀ ਹੈ ਤੋਹੀਨ ਔਰ ਮੈਖਾਨੇ ਕੀ ਸੁਬਕੀ, ਕਮ ਜ਼ਰਫ ਕੇ ਹਾਥੋਂ ਮੇਂ ਅਗਰ ਜਾਮ ਦਿਆ ਜਾਏ, ਬੂਹੇ ਆਈ ਜੰਜ ਤੇ ਵਿਨੋ ਕੁੜੀ ਦੇ ਕੰਨ, ਧਰੂ ਨੀ ਧੀਏ ਧਰੂ, ਹੈਂਜੀ, ਤੇ ਜੰਜ ਆਈ ਆ ਖੂਹ ਤੇ ਕੱਤ ਨੀ ਧੀਏ ਕੱਤ, ਵਡੀਂਦਾ ਪਿਆ ਈ ਨੱਕ। ਬਿਸਮਿਲਲਾਹ ਰਹਿਮਾਨ ਰਹੀਮ, ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਅਤੇ ਸਕਾਫਤ ਦੇ ਫਰੋਗ ਅਤੇ ਵਧਾਵੇ ਅਤੇ ਚੜ੍ਹਤ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ ਯੂਟਿਊਬ ਚੈਨਲ ਮੇਲਾ ਟੀ ਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲਾ ਅਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਬੈੱਲ ਦਾ ਬਟਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਿਲਾਗਸ ਨੂੰ ਲਾਈਕ ਅਤੇ ਆਪੋ ਵਿੱਚ ਸ਼ੇਅਰ ਵੀ ਕਰਿਆ ਕਰੋ ਅਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬੱਬ ਹੁੰਦੇ ਨੇ ਅਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ।
ਆਪਣੇ ਵਿਲਾਗਸ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਅਤੇ ਸਵਾਰਨ ਦਾ ਆਰ ਵੀ ਕਰਦੇ ਰਹਿੰਦੇ ਹਾਂ। ਕਿਉਂ ਜੇ ਤੁਹਾਡੇ ਕਮੈਂਟਸ ਰਾਹੀਂ ਸਾਨੂੰ ਬਹੁਤ ਸਾਰੀ ਜਾਣਕਾਰੀ ਜੂ ਮਿਲਦੀ ਹੈ। ਪਿਆਰਿਓ, ਕਿਸੇ ਵੀ ਅਖਾਣ ਨੂੰ ਅਸੀਂ ਉਚਾਵੀਂ ਨਜ਼ਰੇ ਵੀ ਅਗਰ ਤੱਕੀਏ ਤਾਂ ਇਹ ਗੱਲ ਨਿੱਤਰ ਕੇ ਸਾਡੇ ਸਾਹਮਣੇ ਆ ਜਾਂਦੀ ਹੈ ਵੀ ਉਹਦੇ ਪਿੱਛੇ ਇਨਸਾਨਾਂ ਦੇ ਮੁਸਲਸਲ ਅਤੇ ਬਾਕਾਇਦਾ ਤਜਰਬਾਤ ਲੁਕੇ ਹੁੰਦੇ ਨੇ। ਤਾਂਹੀਓ ਹੀ ਤਾਂ ਇਨਸਾਨੀ ਤਜਰਬਾਤ ਨੂੰ ਅਖਾਣਾਂ ਦਾ ਸੈਂਟਰਲ ਪੁਆਇੰਟ ਜਾਂ ਧੁਰਾ ਆਖਿਆ ਜਾਂਦਾ ਹੈ। ਪਿਆਰਿਓ, ਇਹਨਾਂ ਅਖਾਣਾਂ ਦੇ ਵਿੱਚ ਜਿਹੜੀਆਂ ਮੱਤਾਂ ਲੁਕੀਆਂ ਹੁੰਦੀਆਂ ਨੇ ਅਤੇ ਜਿਹੜੇ ਸਦੀਆਂ ਦੇ ਤਜਰਬਾਤ ਛੁਪੇ ਹੁੰਦੇ ਨੇ, ਉਹਨਾਂ ਨੂੰ ਤੁਹਾਡੇ ਹਜ਼ੂਰ ਬਿਆਨ ਕਰਨ ਦਾ ਬੜਾ ਹੀ ਮਧੁਰ ਸਿਲਸਿਲਾ ਜਾਰੀ ਓ ਸਾਰੀ ਹੈ। ਅੱਜ ਫਿਰ ਤੁਸਾਂ ਬਹੁਤ ਸਾਰੇ ਬੜੇ ਹੀ ਪਿਆਰੇ, ਬੜੇ ਮਤ ਭਰੇ ਅਖਾਣ ਭਿਜਵਾਏ ਹੋਏ ਨੇ, ਤੁਹਾਡੇ ਸਵਾਲ ਵੀ ਸਾਨੂੰ ਮੌਸੂਲ ਹੋਏ ਹੋਏ ਨੇ। ਤੁਸੀਂ ਜਿਹੜੀ ਸਾਡੀ ਆਦਰ ਅਤੇ ਮਾਣ ਵਧਾਉਂਦੇ ਹੋ, ਅਸੀਂ ਢਿੱਡੋਂ ਉਹਦੇ ਮਸ਼ਕੂਰ ਹਾਂ। ਆਓ ਤੁਹਾਡੇ ਭਿਜਵਾਏ ਹੋਏ ਅਖਾਣ ਅਤੇ ਸਵਾਲਾਂ ਦੀ ਬੁਚਕੀ ਲੈ ਕੇ ਚੱਲੀਏ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਅਤੇ ਚੱਲ ਕੇ ਉਹਨਾਂ ਤੋਂ ਤੁਹਾਡੇ ਸਵਾਲਾਂ ਦੇ ਪਰਤਾਵੇ ਅਤੇ ਤੁਹਾਡੇ ਅਖਾਣਾਂ ਦਾ ਮਤਲਬ ਪੁੱਛੀਏ ਅਤੇ ਜਾਣੀਏ। ਆਓ ਸਾਡੇ ਨਾਲ। ਅਸਲਾਮ ਵਾਲੇਕੁਮ ਜਨਾਬੇ ਅਲੀ ਬਾਜਵਾ ਸਾਹਿਬ ਜੀ। ਵਾਲੇਕੁਮ ਸਲਾਮ ਡਾਕਟਰ ਸਾਹਿਬ, ਸਤਿ ਬਿਸਮਿਲ੍ਲਾ ਜੀ ਆਇਆਂ ਨੂੰ ਜਨਾਬ। ਬੜੀ ਮਿਹਰਬਾਨੀ ਮੇਰੀ ਸਰਕਾਰ। ਅੱਛਾ ਜਨਾਬ, ਅੱਜ ਸਾਡੇ ਨਾ ਜੀ ਜੀ ਇੱਕ ਬੜੇ ਪਿਆਰੇ ਦਰਸ਼ਕ ਨੇ ਜੀ, ਤੁਹਾਡੇ ਬੜੇ ਆਸ਼ਕ ਨੇ, ਅਕਸਰ ਸਾਡੇ ਪ੍ਰੋਗਰਾਮਸ ਵੇਖ ਕੇ ਤੇ ਸਾਨੂੰ ਜਨਾਬ ਉਹ ਸਵਾਲਾਤ ਵੀ ਭਿਜਵਾਉਂਦੇ ਰਹਿੰਦੇ ਨੇ ਜੀ ਜੀ ਜੀ। ਐਸ ਐਮ ਮਹਿਦੀ ਸਾਹਿਬ ਨੇ ਤੇ ਜਨਾਬ ਦੂਸਰੇ ਸ਼ਕੀਲ ਦਿਲਦਾਰ ਸਾਹਿਬ ਨੇ, ਵਾਹ ਜੀ ਵਾਹ, ਉਹ ਟੋਰਾਂਟੋ ਤੋਂ, ਉਹਨਾਂ ਕੈਨੇਡਾ ਤੋਂ, ਉਹਨਾਂ ਪੁੱਛਿਆ ਵੀ ਲਫ਼ਜ਼ ਜਿਹੜਾ ਤ੍ਰਿੰਜਣ ਹੈ ਇਹਦਾ ਕੀ ਮਤਲਬ ਹੈ? ਹਾਂਜੀ, ਤ੍ਰਿੰਜਣ ਜਿਹੜਾ ਨਾ ਜੀ, ਜਦੋਂ ਪੁਰਾਣਾ ਜ਼ਮਾਨਾ ਸੀ ਨਾ ਜੀ ਜੀ, ਤੇ ਜਦੋਂ ਤੁਹਾਡੀ ਟੈਕਸਟਾਈਲ ਇੰਡਸਟਰੀ ਹਾਲੀ ਨਹੀਂ ਸੀ ਬਣੀ ਜੀ, ਉਸ ਵੇਲੇ ਜਿਹੜਾ ਘਰਾਂ ਦਾ ਜਿਹੜਾ ਆਪਣਾ ਸਾਡਾ ਜਿਹੜਾ ਕੱਪੜਾ ਲੱਤਾ ਹੁੰਦਾ ਸੀ ਜੀ, ਖੇਸ, ਚਿਤਈਆਂ, ਹੈਂਜੀ, ਦਰੀਆਂ, ਇਹ ਸਾਰਾ ਕੁਝ, ਤੇ ਬੰਦਿਆਂ ਦੇ ਕੱਪੜੇ ਤੇ ਬੀਬੀਆਂ ਦੇ ਕੱਪੜੇ, ਇਹ ਸਾਰਾ ਕੁਝ ਇਹਨਾਂ ਜਲਾਏ ਹੁੰਦੇ ਸਨ। ਬਿਲਕੁਲ। ਅੱਛਾ, ਤੇ ਜਲਾਇਆਂ ਨੂੰ ਉਣਨ ਲਈ ਦੇਣ ਵਾਸਤੇ ਸੂਤਰ ਬੀਬੀਆਂ ਘਰਾਂ 'ਚ ਕੱਤਦੀਆਂ ਸਨ, ਕੱਤਦੀਆਂ, ਆਪਣੀਆਂ ਕਪਾਹੀ ਹੁੰਦੀਆਂ ਸਨ, ਦੇਸੀ ਕਪਾਹਾਂ, ਉਹਨਾਂ ਨੂੰ ਬੀਬੀਆਂ ਨੇ ਪਹਿਲਾਂ ਚੁਣ ਕੇ ਲਿਆਉਣਾ ਪੈਲੀਆਂ ਦੇ ਵਿੱਚੋਂ, ਚੁਣ ਕੇ ਲਿਆ ਕੇ ਤੇ ਝੰਬਣੀ ਨਾਲ ਉਹਨੂੰ ਝੰਬਣਾ, ਜਿਹੜੀ ਕੋਈ ਮਾੜੀ ਮੋਟੀ ਪੱਤਰੀ ਹੋਣੀ ਉਹ ਝੜ ਜਾਣੀ ਥੱਲੇ, ਰੂੰ ਸਾਫ਼ ਹੋ ਜਾਣਾ, ਤੇ ਉਹਦੇ ਬਾਅਦ ਉਹਨੂੰ ਫਿਰ ਵੇਲਣੇ ਵਿੱਚ ਵੇਲਣਾ, ਵੇਲਣੇ ਨਾ ਵੇਲਣੇ ਵਿੱਚ ਵੇਲਣ ਨਾਲ ਛੋਟਾ ਜਿਹਾ ਉਹ ਸੰਦ ਹੁੰਦਾ ਸੀ ਜੀ, ਉਹਦੇ 'ਚ ਇੱਕ ਐਸਰਾਂ ਲੱਗੀ ਹੁੰਦੀ ਸੀ ਆਪਣਾ ਲੋਹੇ ਦੀ ਜੀ, ਜਿਹਦੇ ਇਹਨਾਂ ਉੱਤੇ ਪੇਚ ਟੈਪ ਬਣੇ ਹੁੰਦੇ ਸਨ, ਅਤੇ ਇੱਕ ਲੱਕੜ ਦੀ ਥੱਲੇ ਲੱਗੀ ਹੁੰਦੀ ਸੀ ਜੀ, ਉਹ ਉਹਨੂੰ ਮਤਲਬ ਇਹ ਹੈ ਕਿ ਬੜਾ ਸੋਹਣੇ ਤਰੀਕੇ ਨਾਲ ਉਹਦੇ ਵੜੇਵੇਂ ਕੱਢ ਲੈਂਦੀ ਸੀ। ਹਾਂਜੀ, ਵੜੇਵੇਂ ਵੱਖਰੇ ਹੋ ਜਾਣੇ, ਵੜੇਵੇਂ ਡੰਗਰਾਂ ਜੋਗੇ, ਅਤੇ ਰੂੰ ਬਾਹਰ ਨਿਕਲ ਆਉਣਾ ਜੀ, ਉਸ ਰੂੰ ਨੂੰ ਫਿਰ ਜਿਹੜਾ ਨਾ ਬਾਅਦ 'ਚ ਮਸ਼ੀਨਾਂ ਆ ਗਈਆਂ, ਪਹਿਲਾਂ ਤਾੜੇ ਹੁੰਦੇ ਸਨ,
ਉਹਨਾਂ ਕੋਲ ਇੱਕ ਸੋਟੀ ਹੁੰਦੀ ਸੀ ਜਿਹਦੇ 'ਚ ਕਿੱਲ ਲੱਗੇ ਹੁੰਦੇ ਸਨ, ਉਹ ਇਸ ਤਰ੍ਹਾਂ ਮੰਜੀ 'ਤੇ ਪਾ ਕੇ ਅਤੇ ਹਾਂਜੀ ਹਾਂਜੀ ਮਾਰਦੇ ਸਨ। ਹਾਂਜੀ ਉਹ ਫਿਰ ਰੂੰ ਜਿਹੜਾ ਸੀ ਨਾ ਖਿਲਰ ਜਾਂਦਾ ਸੀ, ਤੂੰਬਾ ਤੂੰਬਾ ਹੋ ਜਾਂਦਾ ਸੀ। ਬਾਅਦ 'ਚ ਮਸ਼ੀਨਾਂ ਆ ਗਈਆਂ, ਜਦੋਂ ਮਸ਼ੀਨਾਂ ਆ ਗਈਆਂ ਤਾਂ ਮਸ਼ੀਨਾਂ 'ਚ ਬੀਬੀਆਂ ਨੇ ਆਖਣਾ ਮੈਂ ਰੂੰ ਭਜਾਉਣ ਚੱਲੀ ਹਾਂ। ਉਹ ਫਿਰ ਉਹਨਾਂ ਉਹ ਬੰਨ ਕੇ ਨਾ ਜਿਹੜਾ ਉਹ ਵੇਲਿਆ ਹੋਇਆ ਰੂੰ, ਵੇਲੀ ਹੋਈ ਕਪਾਹ, ਉਹਨੂੰ ਲੈ ਜਾਣਾ ਤਾਂ ਉਹਨਾਂ ਮਸ਼ੀਨ 'ਚ ਇੱਕ ਪਾਸੇ ਪਾ ਕੇ ਅਤੇ ਦੂਜੇ ਪਾਸੇ ਉਹ ਐਡੀ ਪੰਡ ਬਣਾ ਕੇ ਉਹਨਾਂ ਕੱਢ ਦੇਣੀ। ਜੀ ਜੀ ਉਹ ਫਿਰ ਉਹਨਾਂ ਜੀ ਉਹਦੇ ਜਦੋਂ ਘਰਾਂ ਦੇ ਵਿੱਚ ਉਹ ਰੂੰ ਪੰਜਾ ਲੈਣਾ, ਪੰਜਾ ਕੇ ਅਤੇ ਫਿਰ ਉਹਨੂੰ ਮਤਲਬ ਇਹ ਕਿ ਉਹਦੇ ਨਾ ਗੋੜੇ ਬਣਾ ਕੇ ਨਾ ਰੂੰ ਦੇ। ਜੀ ਅੱਛਾ, ਅਤੇ ਉਹਦੀਆਂ ਫਿਰ ਪੂਣੀਆਂ ਜਿਹੜੀਆਂ ਨੇ ਨਾ ਤੀਲੀਆਂ ਹੁੰਦੀਆਂ ਨਾ ਕਾਨਿਆਂ ਦੀਆਂ, ਇਹਨਾਂ ਦੇ ਉੱਤੇ ਆਸਣ ਰੱਖ ਕੇ ਨਾ ਅਤੇ ਉਹਨੂੰ ਵੱਟਣਾ, ਉਹ ਪੂਣੀ ਉਹਨੂੰ ਆਉਂਦੇ ਸਨ, ਉਹ ਤਕਰੀਬਨ ਐਡੀ ਐਡੀ ਲੰਮੀ ਹੁੰਦੀ ਸੀ। ਜੀ ਜੀ ਉਹ ਪੂਣੀਆਂ ਵੱਟਣੀਆਂ ਅਤੇ ਫਿਰ ਉਹਨੂੰ ਚਰਖੇ ਦੇ ਉੱਤੇ ਨਾ ਜੀ ਚਾੜਨਾ, ਚਰਖੇ 'ਤੇ ਚਾੜ ਕੇ ਅਤੇ ਉਹ ਸੂਤਰ ਨੂੰ ਬੀਬੀਆਂ ਨੇ ਕੱਤਣਾ। ਠੀਕ, ਉਹ ਜਿਹੜੀ ਜਗ੍ਹਾ 'ਤੇ ਬਹਿ ਕੇ ਰਾਤ ਨੂੰ ਸਿਆਲ 'ਚ ਬੀਬੀਆਂ ਮਤਲਬ ਇਹ ਚਰਖਾ ਕੱਤਦੀਆਂ ਸਨ ਨਾ, ਉਹਨੂੰ ਤ੍ਰਿੰਜਣ ਆਉਂਦੇ ਸਨ। ਉੱਥੇ ਚੋਖੀਆਂ ਸਾਰੀਆਂ ਬੀਬੀਆਂ ਇਕੱਠੀਆਂ ਹੋ ਜਾਣਾ, ਉਹਨਾਂ ਸਿਆਣੀਆਂ ਵੀ ਹੋਣੀਆਂ, ਨੌਜਵਾਨਾਂ ਵੀ ਹੋਣੀਆਂ, ਕਈ ਸੱਜ ਵਿਆਹੀਆਂ ਹੋਣੀਆਂ, ਸੱਜ ਵਿਆਹੀਆਂ ਜਿਨ੍ਹਾਂ ਦੇ ਸੱਜਰੇ ਸੱਜਰੇ ਵਿਆਹ। ਜੀ ਜੀ ਅੱਛਾ, ਉੱਥੇ ਨਾਲੇ 'ਚ ਉਹਨਾਂ ਆਪਣੇ ਮਾਂ ਪਿਓ ਦੇ ਵਿਛੋੜੇ ਦੇ ਅਤੇ ਭੈਣ ਭਰਾਵਾਂ ਦੇ ਵਿਛੋੜੇ ਦੇ ਗੀਤ ਵੀ ਪਏ ਗਾਉਣੇ, ਕਿਉਂਕਿ ਬੀਬੀਆਂ ਹੀ ਹੁੰਦੀਆਂ ਸਨ ਸਿਆਲ ਦੀ ਰਾਤ ਨੂੰ। ਫਿਰ ਨਾਲ ਗੱਲਬਾਤ ਵੀ ਪਿੰਡ 'ਚ ਜਿਹੜੀ ਕੋਈ ਵਿਚਾਰ ਹੋਣੀ, ਸਿਆਣੀਆਂ ਬੀਬੀਆਂ ਨੇ ਧੀਆਂ ਧਿਆਣੀਆਂ ਨੂੰ ਮੱਤਾਂ ਦੇਣੀਆਂ ਨਹੀਂ, ਬੀਬੀ ਪੁੱਤਰੋ ਇੰਝ ਨਹੀਂ ਕਰੀਦਾ, ਇੰਝ ਕਰੀਦਾ, ਉਹ ਇੱਕ ਤੁਸੀਂ ਸਮਝੋ ਸਿੱਖਿਆ ਦਾ ਇੱਕ ਕੇਂਦਰ ਵੀ ਸੀ, ਯਾਨੀ ਉਹ ਲਰਨਿੰਗ ਇੰਸਟੀਚਿਊਟ ਵੀ ਸੀ ਧੀਆਂ ਵਾਸਤੇ। ਅਤੇ ਵਾਰਿਸ ਸ਼ਾਹ ਨੇ ਲਿਖਿਆ ਜਿੱਥੇ ਤ੍ਰਿੰਜਣਾਂ ਦੇ ਕਮਕਾਰ ਪੈਂਦੇ, ਕੱਤਣ ਬੈਠੀਆਂ ਲੱਖ ਮਾਰੇਟੀਆਂ ਨੀ, ਮਾਰੇਟੀਆਂ ਯਾਨੀ ਮਾਰਾਂ ਦੀਆਂ ਬੀਬੀਆਂ, ਮਾਰਾਂ ਦੀਆਂ ਜਨਾਨੀਆਂ। ਹਾਂਜੀ ਹਾਂਜੀ, ਤੋ ਇਹ ਸਾਰਾ ਉਹ ਜਿਹੜਾ ਵਸੇਬ ਸੀ ਨਾ ਜਿਹਦੇ ਵਿੱਚ ਫਿਰ ਉਹ ਸੂਤਰ ਕੱਤਣਾ, ਸੂਤਰ ਕੱਤ ਕੇ ਅਤੇ ਛੱਲੀਆਂ ਲਾਹਣੀਆਂ। ਜੀ ਉਹ ਛੱਲੀਆਂ ਲਾਹਣੀਆਂ, ਫਿਰ ਇੱਕ ਦੂਜੀ ਨੂੰ ਉਹਨਾਂ ਆਖਣਾ ਨੀ ਤੇਰਾ ਸੂਤਰ ਮੋਟਾ ਕਿਉਂ ਹੈ, ਨੀ ਤੇਰੇ ਕੋਲ ਤੰਦ ਕਿਉਂ ਬਾਰ ਬਾਰ ਟੁੱਟਦੀ ਹੈ ਪਰਤ ਪਰਤ ਕੇ। ਜਿਹੜੀ ਬੱਚੀ ਕੋਲੋਂ ਤੰਦ ਬਾਰ ਬਾਰ ਟੁੱਟੇ ਉਹਨੂੰ ਸਿੱਖ ਸਮਝਿਆ ਜਾਂਦਾ ਸੀ ਕਿ ਇਹਨੂੰ ਪੂਰੀ ਸਿੱਖਿਆ ਨਹੀਂ। ਅੱਛਾ, ਤੰਦ ਨਹੀਂ ਟੁੱਟਣੀ ਚਾਹੀਦੀ, ਉਹ ਸੂਤਰ ਨੂੰ ਗੁੰਝ ਮਰੋੜੀ ਨਹੀਂ ਪੈਣੀ ਚਾਹੀਦੀ। ਹਾਂਜੀ, ਸ਼ਾਹ ਹੁਸੈਨ ਨੇ ਵੀ ਕਿਹਾ ਕਿ ਤੇਰੇ ਅਮਲਾਂ ਦੇ ਸੂਤਰ ਨੂੰ ਗੁੰਝ ਮਰੋੜੀ ਨਹੀਂ ਪੈਣੀ ਚਾਹੀਦੀ। ਤੋ ਉਹ ਫਿਰ ਛੱਲੀਆਂ ਜਿਹੜੀਆਂ ਨੇ ਨਾ, ਛੱਲੀਆਂ ਨੂੰ ਬਾਅਦ 'ਚ ਇਹਨਾਂ ਬੀਬੀਆਂ ਨੇ ਮਤਲਬ ਇਹ ਕਿ ਉਹ ਅਟੇਰਨ 'ਤੇ ਚਾੜਨਾ, ਉਹ ਲੱਕੜੀ ਦਾ ਬਣਿਆ ਹੁੰਦਾ ਸੀ, ਤੁਸਾਂ ਵੀ ਵੇਖਿਆ ਹੋਣਾ। ਅੱਛਾ, ਉਹਦੇ 'ਤੇ ਆਸਣਾ ਨਾ, ਉਹ ਅੱਟੀ ਉਹਨੂੰ ਆਉਂਦੇ ਸਨ, ਉਹ ਅੱਟੀਆਂ ਬਣਾ ਬਣਾ ਕੇ ਅਤੇ ਫਿਰ ਉਹ ਜਿਹੜਾ ਅੱਟੀਆਂ ਨੇ ਨਾ ਉਹ ਗਿਣ ਕੇ ਅਤੇ ਫਿਰ ਜਲਾਇਆਂ ਨੂੰ ਦੇਣੀਆਂ, ਤੋਲ ਕੇ ਜਿਹੜਾ ਉਹ ਸੂਤਰ ਹੋਣਾ ਸਰ, ਉਹਦੇ ਤੋਂ ਬਾਅਦ ਉਹਨੂੰ ਫਿਰ ਦੱਸਣਾ ਵੀ ਤੂੰ ਇਹਦੇ ਖੇਸ ਬਣਾਉਣੇ ਨੇ ਜਾਂ ਸਾਡੇ ਘਰ ਵਾਸਤੇ ਕੱਪੜੇ ਬਣਾਉਣੇ ਨੇ, ਹੈਂਜੀ, ਜਾਂ ਰੇਜੇ ਬਣਾਉਣੇ, ਜੋ ਵੀ ਬਣਾਉਣਾ। ਅੱਜੀ ਉਹ ਫਿਰ ਜਲਾਏ ਉਹਦੀ ਉੱਥੇ ਮਤਲਬ ਇਹ ਤਾਣੀ ਲਾ ਕੇ ਅਤੇ ਉਹ ਸਾਰਾ ਸਿਲਸਿਲਾ ਉਹ ਕਰਦੇ ਸਨ। ਤੋ ਉਹ ਜੀਵਨ ਜਿਹੜਾ ਸੀ ਬੜਾ ਮਤਲਬ ਔਖਾ ਜੀਵਨ ਸੀ, ਸੌਖਾ ਨਹੀਂ ਸੀ। ਜੀ ਹੁਣ ਤਾਂ ਵੇਖੋ ਨਾ ਅਸੀਂ ਮਤਲਬ ਹੁਣ ਜਾ ਕੇ ਅਤੇ 500 ਨਖਰੇ ਕਰਨੇ ਆ ਬਾਜ਼ਾਰ ਦੇ ਵਿੱਚ, ਕੱਪੜੇ ਦਾ ਰੰਗ ਜਾਂ ਡਿਜ਼ਾਇਨ ਵੇਖਣ ਦੇ ਸਾਨੂੰ ਪਸੰਦ ਨਹੀਂ ਆਉਂਦਾ। ਉਦੋਂ ਇੱਕੋ ਹੀ ਰੰਗ ਹੁੰਦਾ ਸੀ, ਸਭ ਇੱਕੋ ਰੰਗ ਕਪਾਹੀ ਦਾ, ਉਹ ਕਪਾਹ ਦੇ ਰੰਗ ਦੇ ਹੀ ਸਾਰੇ ਕੱਪੜੇ ਹੁੰਦੇ ਸਨ। ਹਾਂਜੀ, ਅਤੇ ਉਹ ਜਿਹੜੀ ਜਗ੍ਹਾ 'ਤੇ ਉਹ ਸੂਤਰ ਕੱਤਿਆ ਜਾਂਦਾ ਸੀ ਉਹਨੂੰ ਤ੍ਰਿੰਜਣ ਆਉਂਦੇ ਸਨ। ਲਓ ਜੀ ਪਿਆਰਿਓ, ਬੜਾ ਹੀ ਖੂਬਸੂਰਤ, ਬੜੇ ਸੁਚੱਜੇ ਢੰਗ ਨਾਲ ਬਾਬਾ ਜੀ ਸਾਨੂੰ ਸਮਝਾਇਆ ਤ੍ਰਿੰਜਣ ਉਹ ਜਗ੍ਹਾ ਜਿੱਥੇ ਕਪਾਹ ਤੋਂ ਧਾਗੇ ਦੀਆਂ ਤੰਦਾਂ ਬਣਾ ਕੇ ਅਤੇ ਅੱਟੀਆਂ ਬਣਾ ਕੇ ਅਤੇ ਸਾਡੀਆਂ ਧੀਆਂ ਭੈਣਾਂ ਬੈਠ ਕੇ
ਕਿਸੇ ਵੱਡੇ ਘਰ ਪਿੰਡ ਦੇ ਕਿਸੇ ਚੌਧਰੀ ਦੇ ਕਿਸੇ ਵੱਡੇ ਵਿਹੜੇ ਦੇ ਵਿੱਚ ਜਿੱਥੇ ਸਾਰੀ ਰਾਤ ਧੀਆਂ ਭੈਣਾਂ ਬਹਿ ਕੇ ਨਾਲੇ ਗੱਪ ਛੱਪ ਲਾਉਣੀ, ਨਾਲੇ ਵੇਖੋ ਤੁਸੀਂ ਕਿ ਉਹ ਟੈਕਨੀਕਲ ਟ੍ਰੇਨਿੰਗ ਇੰਸਟੀਟਿਊਟ ਸੀ, ਉੱਥੋਂ ਸਿੱਖਣਾ। ਬਾਈਬਾ ਸਾਹਿਬ ਆਪਾਂ ਦੱਸਦੇ ਸਨ ਵੀ ਕਿਸੇ ਬੱਚੀ ਦੀ ਤੰਦ ਘੜੀ ਘੜੀ ਟੁੱਟ ਜਾਣੀ ਆ, ਉਹਦੇ ਕੋਲੋਂ ਮੋਟੀਆਂ ਤੰਦਾਂ ਬਣਨੀਆਂ, ਅਤੇ ਫਿਰ ਵੱਡੀਆਂ ਨੇ ਕੋਲੋਂ ਸਮਝਾਉਣਾ ਕਿ ਸਾਡੀ ਤੇਰੀਆਂ ਸਹੀ ਤੂੰ ਨਹੀਂ ਤੰਦਾਂ ਬਣਾਈਆਂ। ਉਹ ਪਿਆਰੇ ਉਹ ਰਾ ਮੈਟੀਰੀਅਲ ਹੁੰਦਾ ਸੀ ਜਿਹੜਾ ਕਿ ਉਹ ਫਿਰ ਜਾ ਕੇ ਜੁਲਾਹ ਨੂੰ ਦਿੰਦੀਆਂ ਸਨ, ਅਤੇ ਜੁਲਾਹ ਫਿਰ ਖੱਡੀਆਂ ਦੇ ਉੱਤੇ ਮੈਨੂਅਲੀ ਉਦੋਂ ਖੱਡੀਆਂ ਹੁੰਦੀਆਂ ਸਨ, ਅਤੇ ਉਹ ਬਣਾਉਂਦੇ ਸਨ ਉਹਨਾਂ ਦੇ ਕੱਪੜੇ, ਬੱਚਿਆਂ ਦੇ ਜਹੇਜ਼ ਦਾ ਸਮਾਨ, ਦਰੀਆਂ, ਖੇਸ, ਜੋ ਕੁਝ ਵੀ ਧੀਆਂ ਨੂੰ ਨਾਲ ਦੇ ਕੇ ਟੋਰਨਾ ਹੁੰਦਾ ਸੀ। ਮੈਂ ਇੱਕ ਆਪਣੇ ਬਚਪਨ 'ਚ ਐਸੇ ਮਾਈ ਸਾਹਿਬਾਂ ਨੂੰ ਵੀ ਮਿਲਿਆ ਸਾਂ ਜਿਹੜੇ ਚਰਖਾ ਪੈ ਕੱਤਣ। ਝੰਗ ਮੈਂ ਗਿਆ ਕਿਸੇ ਕੰਮ 'ਤੇ, ਸੜਕ ਦੇ ਉੱਤੇ ਬਹਿ ਕੇ ਇੱਕ ਵਡੇਰੀ ਮਾਈ ਨਾਲ ਅਤੇ ਚਰਖਾ ਕੱਤਣ ਪਏ, ਮੈਂ ਉਹਨਾਂ ਦੇ ਕੋਲ ਉੱਤਰ ਕੇ ਬਹਿ ਗਿਆ। ਇੱਕ ਟੀ ਵੀ ਦੇ ਨਾਲ ਉਦੋਂ ਵੀ ਮੈਂ ਮੁਨਸਲਿਕ ਸਾਂ, ਅਤੇ ਮੈਂ ਕਿਹਾ ਚਰਖਾ ਕੱਤਣ ਡਏ ਨੇ, ਮੈਂ ਇਹਨਾਂ ਦੀ ਥੋੜ੍ਹੀ ਜਿਹੀ ਵੀਡੀਓ ਬਣਾ ਲਾਂ। ਅਤੇ ਮੈਨੂੰ ਅੰਮਾ ਜੀ ਨੇ ਦੱਸਿਆ, ਇੱਕ 40-45 ਸਾਲ ਪਹਿਲੇ ਦੀ ਗੱਲ ਤੁਹਾਡੀ ਖਿਦਮਤ 'ਚ ਅਰਜ਼ ਕਰ ਰਿਹਾ, ਉਹਨਾਂ ਆਖਿਆ ਕਿ ਮੈਂ ਅਤੇ ਪੁੱਤਰ ਆਪਣਾ ਕਫਨ ਵੀ ਤਿਆਰ ਕਰ ਲਿਆ ਹੋਇਆ ਹੈ, ਔਰ ਉਹਨਾਂ ਅੰਦਰੋਂ ਲਿਆ ਕੇ ਬੜਾ ਸੋਹਣਾ, ਜਿਵੇਂ ਸਾਡੇ ਇੱਥੇ ਪਾਕਿਸਤਾਨ 'ਚ ਅਸੀਂ ਕਮਾਲੀਏ ਦਾ ਖੱਦਰ ਬੜੇ ਸ਼ੌਕ ਨਾਲ ਪਾਉਂਦੇ ਹਾਂ, ਉਹ ਹੈਂਡਮੇਡ ਖੱਡੀਆਂ ਦਾ ਹੁੰਦਾ, ਇਸ ਤਰ੍ਹਾਂ ਦਾ ਉਹ ਮੈਨੂੰ ਮਾਈ ਸਾਹਿਬਾਂ ਨੇ ਲਿਆ ਕੇ, ਅੱਲਾ ਪਾਕ ਗਰੀ ਕੇ ਰਹਿਮਤ ਕਰੇ, ਉਦੋਂ ਹੀ ਬੜੇ ਵਡੇਰੇ ਸਨ, ਹੁਣ ਤਾਂ ਫੌਤ ਹੋ ਗਏ ਹੋਣਗੇ, ਅਤੇ ਉਹਨਾਂ ਮੈਨੂੰ ਆਪਣੇ ਹੱਥ ਦਾ ਬਣਿਆ ਆ ਆਪ ਚਰਖੇ ਦੇ ਉੱਤੇ ਕੱਤ ਕੇ, ਅਤੇ ਜਿਹੜਾ ਉਹਨਾਂ ਆਪਣੇ ਲਈ ਕਫਨ ਤਿਆਰ ਕੀਤਾ ਸੀ ਉਹ ਵੀ ਵਹਾ ਦਿੱਤਾ। ਯਾਨੀ ਤੁਸੀਂ ਦੇਖੋ ਕਿ ਅੱਜ ਕੱਲ੍ਹ ਜਿਵੇਂ ਬਾਬਾ ਜੀ ਸਾਡੇ ਪਾਸ ਦੱਸਦੇ ਸਨ ਕਿ ਪੱਲੇ ਪੈਸੇ ਹੋਣੇ ਚਾਹੀਦੇ ਨੇ, ਬਾਜ਼ਾਰ ਜਾ ਕੇ ਹਰ ਕਿਸਮ ਦਾ ਕੱਪੜਾ, ਰੇਸ਼ਮੀ, ਸੂਤੀ, ਦੂਸਰਾ ਉੱਨੀ ਅਸੀਂ ਖਰੀਦ ਸਕਦੇ ਹਾਂ, ਔਰ ਸਾਨੂੰ ਅੱਜ ਕੱਲ੍ਹ ਰੰਗ ਹੀ ਪਸੰਦ ਕੋਈ ਨਹੀਂ ਆਉਂਦੇ। ਅਤੇ ਉਹ ਦੌਰ ਵੇਖੋ ਕੈਸਾ ਸੀ ਕਿ ਜਦੋਂ ਸਾਰੀਆਂ ਬੱਚੀਆਂ ਖੁਦ ਹੀ ਮਿਲ ਕੇ ਆਪੋਂ ਆਪਣੇ ਘਰ ਦਾ ਸਮਾਨ ਵੀ ਬਣਾਉਂਦੀਆਂ ਸਨ ਅਤੇ ਆਪਣਾ ਜਹੇਜ਼ ਵੀ। ਸ਼ਾਹ ਹੁਸੈਨ ਜਿਵੇਂ ਕਿਹਾ ਨਾ ਵੀ ਕੱਤ ਚਰਖਾ ਸ਼ਾਮ ਮਨਾਵੇਂਗੀ, ਨਿੱਤ ਖੇਡਣ ਨੂੰ ਪਛਤਾਵੇਂਗੀ। ਜਿਹੜੀ ਧੀ ਭੈਣ ਨੇ ਬਹੁਤਾ ਜਹੇਜ਼ ਬਣਾ ਲੈਣਾ, ਜਦੋਂ ਫਿਰ ਉਹਨੇ ਜਾਣਾ ਸਹੁਰੇ ਘਰ, ਅਤੇ ਉਹਦੀ ਆਦਰ ਭਾਅ ਹੋਣੀ ਵੀ ਕੁੜੀ ਬੜੀ ਸਿੱਖਿਆਕਾਰ ਹੈ। ਅਤੇ ਇਹ ਸਭ ਕੁਝ ਉਦੋਂ ਸਾਡੀਆਂ ਬੱਚੀਆਂ, ਸਾਡੀਆਂ ਮਾਵਾਂ ਭੈਣਾਂ ਖੁਦ ਕਰਦੀਆਂ ਸਨ। ਬਾਈਬਾ ਸਾਹਿਬ ਫੈਸਲਾਬਾਦ ਤੋਂ ਸਾਡੇ ਇੱਕ ਮਿੱਤਰ ਨੇ ਸ਼ਾਹਿਦ ਇਜਾਜ਼ ਹੋ ਰਹੀ, ਬੜੇ ਸ਼ੌਕ ਨਾਲ ਉਹ ਵੀ ਸਾਡੀਆਂ ਗੱਲਾਂ ਬਾਤਾਂ ਸੁਣਦੇ ਨੇ, ਸਾਡੇ ਵਿਲਾਗਸ ਵੇਖਦੇ ਨੇ। ਉਹਨਾਂ ਸਰ ਅਖਾਨ ਭਿਜਵਾਇਆ ਭਈ ਨਾਈ ਬਦੋਵਾਲ ਦਾ ਅਤੇ ਇਹੀ ਗੱਲਾਂ ਭਾਲਦਾ। ਹਾਂਜੀ, ਇਹ ਅਖਾਨ ਜਿਹੜਾ ਹੋ ਸਕਦਾ ਇਸ ਸ਼ਕਲ 'ਚ ਵੀ ਹੋਵੇ, ਲੇਕਿਨ ਜਿਹੜਾ ਸਾਡੇ ਕੋਲ ਅਗਰ ਇਹਨੂੰ ਇਹਨਾਂ ਲਫਜ਼ਾਂ 'ਚ ਵੀ ਵੇਖਿਆ ਜਾਏ ਜੀ, ਅਤੇ ਦੱਸਿਆ ਜਾਂਦਾ ਵੀ ਬਦੋਵਾਲ ਪਿੰਡ ਦਾ ਜਿਹੜਾ ਨਾਈ ਹੈ ਉਹ ਇਸੇ ਗੱਲ ਦੇ ਲੱਗਾ ਰਹਿੰਦਾ ਹੈ ਕਿ ਕਿਤੇ ਨਾ ਕਿਤੇ ਕੋਈ ਵਿਆਹ ਸ਼ਾਹ ਹੁੰਦਾ ਰਹੇ ਜੀ, ਅਤੇ ਉਹਨੂੰ ਲਾਗ ਸ਼ਾਗ ਮਿਲਦੇ ਰਹਿਣ, ਉਹਦਾ ਕੰਮ ਤੁਰਿਆ ਰਹੇ ਜੀ। ਲੇਕਿਨ ਇਸ ਅਖਾਨ ਦੀ ਜਿਹੜੀ ਦੂਜੀ ਸ਼ਕਲ ਹੈ ਨਾ ਜੀ, ਕਿ ਖੁਸਰਾ ਹੱਲੋਵਾਲ ਦਾ ਜੀ, ਇਹੋ ਗੱਲਾਂ ਭਾਲਦਾ ਜੀ। ਹੱਲੋਵਾਲ ਇੱਥੇ ਸਾਡੇ ਲਾਗੇ ਤਲਵੰਡੀ ਭਿੰਡਰਾਂ ਦੇ ਨਾਲ ਬਹੁਤ ਵੱਡਾ ਪਿੰਡ ਹੈ, 5200 ਘੁਮਾਨ ਦਾ ਪਿੰਡ ਸੀ, ਭਿੰਡਰ ਜੱਟਾਂ ਦਾ, ਸਿੱਖ ਸਨ ਇੰਡੀਆ ਚਲੇ ਗਏ ਜੀ, ਉਹ ਮੁਸਲਮਾਨ ਜਿਹੜੇ ਸਨ ਭਿੰਡਰ ਹੋ ਗਏ, ਉਹ ਇੱਥੇ ਰਹਿ ਗਏ, ਅਤੇ ਇੱਥੇ ਫਿਰ ਸਾਡੇ ਰਾਣੇ ਆ ਗਏ ਉੱਧਰੋਂ ਪਾਣੀਪਤ ਕਰਨਾਲ ਤੋਂ ਜੀ। ਇਸ ਪਿੰਡ ਦੇ ਵਿੱਚ ਦੱਸਦੇ ਨੇ ਕਿ ਜਿਹੜਾ ਹਲ ਪੂਰੇ ਹਿੰਦੁਸਤਾਨ ਦਾ ਸਭ ਤੋਂ ਵਡੇਰਾ ਖੁਸਰਾ ਸੀ ਨਾ,
ਉਹ ਇਸ ਪਿੰਡ 'ਚ ਰਹਿੰਦਾ ਸੀ। ਅੱਛਾ, ਹੱਲੋਵਾਲ। ਹੱਲੋਵਾਲ 'ਚ ਜੀ। ਔਰ ਉਹ ਜਦੋਂ ਮਤਲਬ ਇਹ ਹੈ ਕਿ ਜਿਹੜਾ ਵੀ ਇਹਨਾਂ ਦਾ ਕੋਈ ਮਾਮਲੇ ਲੈਣ ਦੇਣ ਇਹਨਾਂ ਦੇ ਬੜੇ ਮਾਮਲੇ ਹੁੰਦੇ ਨੇ ਖੁਸਰਿਆਂ ਦੇ ਵੀ, ਉਹਦੀ ਮਨਜ਼ੂਰੀ ਇਹਨਾਂ ਨੂੰ ਹੱਲੋਵਾਲੋਂ ਆ ਕੇ ਉਸ ਬਾਬੇ ਕੋਲ ਮਿਲਦੀ ਹੁੰਦੀ ਸੀ। ਅੱਛਾ, ਗੁਰੂ ਸੀ ਵੱਡਾ। ਗੁਰੂ ਸੀ ਵੱਡਾ ਇਹਨਾਂ ਦਾ, ਮਹਾਂਗੁਰੂ ਖੁਸਰਿਆਂ ਦਾ। ਉਹਦੇ ਬਾਅਦ ਜਦੋਂ ਫੌਤ ਹੋਇਆ ਨਾ ਜੀ, ਅਤੇ ਫਿਰ ਪੂਰੇ ਹਿੰਦੁਸਤਾਨ 'ਚੋਂ ਲੋਕ ਖੁਸਰੇ ਜਿਹੜੇ ਨੇ ਉਹਦਾ ਸੋਗ ਮਨਾਉਣ ਲਈ ਆਏ ਇੱਥੇ ਪਾਕਿਸਤਾਨ। ਉਦੋਂ ਇਕੱਠਾ ਹੀ ਸੀ ਨਾ ਜੀ, ਹਜ਼ਾਰਾਂ ਸਾਲ ਪੁਰਾਣੀ ਗੱਲ, ਪਾਰਟੀਸ਼ਨ ਤੋਂ ਪਹਿਲੇ ਦੀ। ਹਾਂਜੀ, ਬਹੁਤ ਪਹਿਲਾਂ ਦੀ, ਹਜ਼ਾਰਾਂ ਸਾਲ ਪਹਿਲਾਂ ਦੀ ਗੱਲ। ਔਰ ਜਦੋਂ ਫੌਤ ਹੋਇਆ ਤੇ ਫਿਰ ਪੂਰੇ ਹਿੰਦੁਸਤਾਨ 'ਚੋਂ ਹੱਲੋਵਾਲ ਫਰਿਸ਼ਤੇ ਆਏ ਔਰ ਉਹਨਾਂ ਨੇ ਤੰਬੂ ਪਿੰਡ ਦੇ ਦੁਆਲੇ ਮੀਲਾਂ ਤੱਕ ਤੰਬੂ ਲੱਗ ਗਏ ਔਰ ਉੱਥੇ ਉਹਨਾਂ ਨੂੰ ਉਹ ਰੋਜ਼ਾਨਾ ਖੁਸਰੇ ਜਿਹੜੇ ਸਨ ਹਰ ਬੰਦੇ ਨੂੰ, ਯਾਨੀ ਹਰ ਟੱਬਰ ਨੂੰ ਨਾ ਆਪਣਾ ਕੱਚਾ ਰਾਸ਼ਨ ਦੇ ਦਿੰਦੇ ਸਨ। ਦੇਸੀ ਘਿਓ, ਖੰਡ, ਲੋੜ, ਚਾਵਲ, ਜਿਹੜੀ ਸ਼ਾਇਦ ਦੀ ਲੋੜ ਹੁੰਦੀ ਸੀ ਉਹ ਆਪਣੀ ਰੋਟੀ ਪਕਾ ਕੇ ਦਿਖਾਉਂਦੇ ਸਨ। ਅਤੇ ਪਿੰਡ ਦੇ ਵਿੱਚ ਜਿਹੜੀ ਖੂਹੀ ਸੀ ਜੀ, ਜਿਹਨੂੰ ਅੱਜ ਵੀ ਮਿੱਠੀ ਖੂਹੀ ਆਉਂਦੇ ਨੇ, ਲੇਕਿਨ ਉਹ ਬੰਦ ਹੋ ਗਈ ਹੁਣ ਵੀ, ਉਹਦੇ ਵਿੱਚ ਉਹਨਾਂ ਖੰਡ ਦੀਆਂ ਬੋਰੀਆਂ ਲਮਕਾ ਛੜੀਆਂ ਖੁਸਰਿਆਂ ਨੇ ਰੱਸੇ ਬੰਨ ਕੇ, ਅਤੇ ਜਦੋਂ ਖੰਡ ਸਾਰੀ ਖੁਰ ਜਾਣੀ, ਮੁੱਕ ਜਾਣੀ ਅਤੇ ਪਾਣੀ ਜ਼ਰਾ ਕੁ ਫਿੱਕਾ ਹੋਣ ਲੱਗਣਾ ਤਾਂ ਉਹਨਾਂ ਹੋਰ ਬੋਰੀ ਲਮਕਾ ਦੇਣੀ। ਇਹ ਸੱਚਾ ਵਾਕਿਆ। ਵਾਹ ਵਾਹ। ਔਰ ਇਹ ਪੂਰੇ ਮਤਲਬ ਦਸਵੇਂ ਤੱਕ ਉੱਥੇ ਉਹ ਚੱਲਦਾ ਰਿਹਾ ਮਤਲਬ ਉਹਨਾਂ ਦਾ, ਕਿਉਂਕਿ ਜਦੋਂ ਪਹਿਲੇ ਦਿਨ ਤੋਂ ਲੱਗ ਕੇ ਦਸਵੇਂ ਤੱਕ ਆਏ ਉਹ ਫਿਰ ਇੱਥੇ ਹੀ ਕਈ ਕਹਿੰਦੇ ਨੇ 40 ਦਿਨ ਰਹੇ ਇੱਥੇ। ਅੱਛਾ, ਉਹਨੇ ਦਿਨ ਫਿਰ ਉਹ ਬੋਰੀਆਂ ਖੰਡ ਦੀਆਂ ਨਾ ਖੂਹੀ ਦੇ ਵਿੱਚ, ਹੁਣ ਵੀ ਉਹ ਮਸਜਿਦ 'ਚ ਆ ਗਈ ਹੈ ਖੂਹੀ, ਅਤੇ ਉਹਨੂੰ ਅੱਜ ਵੀ ਮਿੱਠੀ ਖੂਹੀ ਆਉਂਦੇ ਨੇ। ਅਤੇ ਇਹ ਇੱਕ ਤਾਰੀਖੀ ਵਾਕਿਆ ਸੀ, ਅਤੇ ਇਹ ਅਖਾਣ ਵੀ ਉਹਦੇ ਨਾਲ ਜੁੜਿਆ ਹੋਇਆ ਕਿ ਖੁਸਰਾ ਹੱਲੋਵਾਲ ਦਾ ਇਹੋ ਗੱਲਾਂ ਭਾਲਦਾ। ਉਹ ਗੱਲਾਂ ਇਹ ਸਨ ਕਿ ਖੁਸਰਾ ਚਾਹੁੰਦਾ ਵੀ ਕਿਤੇ ਨਾ ਕਿਤੇ ਕੋਈ ਮਤਲਬ ਕਿਸੇ ਵੱਲ ਬੱਚਾ ਜੰਮੇ, ਕਿਸੇ ਵੱਲ ਵਿਆਹ ਹੋਵੇ ਅਤੇ ਮੈਨੂੰ ਵਧਾਈ ਇਸੇ ਬਹਾਨੇ ਮਿਲਣੀ ਹੈ ਨਾ। ਅਤੇ ਇਹ ਨਾ ਸਾਡੇ ਹੁਣ ਵੀ ਮਤਲਬ ਹੁਣ ਵੀ ਉੱਥੇ ਬਹੁਤ ਜ਼ਿਆਦਾ ਖੁਸਰੇ ਨੇ ਹੱਲੋਵਾਲ ਜਿਹੜੇ। ਅੱਛਾ, ਹਾਂਜੀ। ਔਰ ਤੁਸੀਂ ਸਮਝ ਲਓਗੇ ਕਿ ਇੱਥੇ ਖੁਸਰਿਆਂ ਦਾ ਗੜ੍ਹ ਸੀ ਜਾ। ਤੋ ਇਹ ਗੱਲ ਜਿਹੜੀ ਹੈ ਇਹ ਵੀ ਬਿਲਕੁਲ ਸੱਚੀ ਹੈ ਕਿ ਇਹਨਾਂ ਦਾ ਜਿਹੜਾ ਵੱਡਾ ਗੁਰੂ ਸੀ ਉਹ ਇੱਥੋਂ ਦਾ ਰਹਿਣ ਵਾਲਾ ਸੀ। ਹਾਂਜੀ, ਲਓ ਜੀ, ਭਾਈਜਾਨ ਸ਼ਾਹਿਦ ਜਾਤ ਸਾਹਿਬ ਅਤੇ ਸਾਡੇ ਬਾਕੀ ਵੀ ਜਿੰਨੇ ਦਰਸ਼ਕ ਨੇ ਉਹ ਇਹ ਗੱਲ ਨੋਟ ਫਰਮਾ ਲੈਣਗੇ, ਬਾਬਾ ਜੀ ਨੇ ਇਸ ਅਖਾਣ ਦੀ ਇੱਕ ਦੂਸਰੀ ਸ਼ਕਲ ਵੀ ਦੱਸੀ ਹੈ। ਭਾਈ ਸ਼ਾਹਿਦ ਇਜਾਜ਼ ਹੋਰਾਂ ਫੈਸਲਾਬਾਦ ਤੋਂ ਜਿਹੜਾ ਅਖਾਣ ਸਾਨੂੰ ਭਿਜਵਾਇਆ ਸੀ ਉਹ ਤਾਂ ਇਸ ਤਰ੍ਹਾਂ ਸੀ ਨਾ ਵੀ ਨਾਈ ਭੱਲੋਵਾਲ ਦਾ ਅਤੇ ਇਹੋ ਹੀ ਗੱਲਾਂ ਭਾਲਦਾ, ਲੇਕਿਨ ਬਾਬਾ ਜੀ ਹੋਰਾਂ ਦੱਸਿਆ ਵੀ ਇੱਥੇ ਸਾਡੇ ਕੋਲ ਇੱਕ ਲਾਗੇਲਾ ਪਿੰਡ ਹੈ ਹੱਲੋਵਾਲ, ਅਤੇ ਉੱਥੋਂ ਦਾ ਖੁਸਰਾ ਜਿਹੜਾ ਹੈ ਉਹ ਪੂਰੇ ਇਹ ਬਰੇ ਸਗੀਰ ਦੇ ਜਿੰਨੇ ਸਾਡੇ ਇਹ ਮੁਖਨਸੀਨ ਹਜ਼ਰਾਤ ਹੁੰਦੇ ਨੇ ਇਹਨਾਂ ਦਾ ਉਹ ਆਗੂ ਅਤੇ ਗੁਰੂ ਸੀ, ਅਤੇ ਉਹਦੇ ਨਾਂ ਤੋਂ ਮਨਸੂਬ ਕਰਕੇ ਇੰਜ ਅਖਾਣ ਪੈਂਦਾ ਸੀ ਸਾਡੀ ਸੁਸਾਇਟੀ ਦੇ ਵਿੱਚ ਭਈ ਖੁਸਰਾ ਹੱਲੋਵਾਲ ਦਾ ਅਤੇ ਇਹੋ ਹੀ ਗੱਲਾਂ ਪਾਲਦਾ। ਬਾਜਵਾ ਸਾਹਿਬ, ਮਹਿਵਿਸ਼ ਮਕਬੂਲ ਸਾਹਿਬਾ, ਹਾਂਜੀ, ਸਾਡੀ ਧੀ ਰਾਣੀ ਨੇ, ਹਾਂਜੀ, ਅਤੇ ਸਾਡਾ ਜਨਾਬ ਬੜੇ ਸ਼ੌਕ ਨਾਲ ਵਿਲਾਗਸ ਵੇਖਦੀਆਂ ਨੇ, ਉਹਨਾਂ ਆਪਣੇ ਮੈਸੇਜ 'ਚ ਵੀ ਸਾਨੂੰ ਇਹੀ ਫਰਮਾਇਆ ਕਿ ਅਸੀਂ ਤਾਂ ਬੜੇ ਸ਼ੌਕ ਨਾਲ ਚਾਅ ਨਾਲ ਬਾਬਾ ਜੀ ਦੀਆਂ ਗੱਲਾਂ ਸੁਣਨੇ ਆ। ਉਹਨਾਂ ਅਖਾਣ ਭਿਜਵਾਇਆ ਵੀ ਕਬਰ ਕੁੱਤੇ ਦੀ ਅਤੇ ਉਛਾੜ ਮਸ਼ਰੂ ਦਾ। ਕਿਸੇ ਦੀ ਕਬਰ ਦੇ ਉੱਤੇ ਤੁਸੀਂ ਐਡੇ ਮਹਿੰਗੇ ਕੱਪੜੇ ਦਾ, ਮਸ਼ਰੂ ਦਾ, ਇੱਕ ਆਪਣੇ ਵਕਤ ਦਾ ਬੜਾ ਕੀਮਤੀ ਕੱਪੜਾ ਸੀ ਅੱਜੀ, ਉਹਦਾ ਅਗਰ ਉਛਾੜ ਪਾ ਦਿੰਦੇ ਹੋ ਜੀ, ਹੈਂਜੀ,
ਤੇ ਇਹ ਜਚੇਗਾ ਨਹੀਂ ਕੰਮ, ਸੋਹਣਾ ਨਹੀਂ ਲੱਗੇਗਾ। ਠੀਕ ਠੀਕ, ਕੰਮ ਜਿਹੜਾ ਨਾ ਉਹ ਹੀ ਬਣਦਾ ਫੱਬਦਾ ਹੀ ਕਰਨਾ ਚਾਹੀਦਾ ਕਿ ਜਿਹਨੂੰ ਵੇਖੋ ਨਾ ਆਉਂਦੇ ਨੇ ਜੱਗ ਪਾਉਂਦਾ ਪਾਈਏ ਤੇ ਮਨ ਪਾਉਂਦਾ ਖਾਈਏ। ਅਜੀ ਕਿ ਜੋ ਜੱਗ ਲਿਬਾਸ ਪਾਉਂਦਾ ਨਾ ਉਹਦੇ ਨਾਲ ਰਲਦਾ ਮਿਲਦਾ ਪਾਓ ਹੈਂਜੀ ਜੀ, ਤੇ ਦਿਲ 'ਚ ਜੋ ਆਏ ਉਹ ਰੋਟੀ ਖਾਓ, ਨਾ ਕਿਸੇ ਦੇ ਲਾਗੇ ਆਖੇ ਲੱਗ ਕੇ ਬਹੁਤੀ ਖਾਓ। ਅਤੇ ਇਹਦੇ 'ਚ ਦੱਸਿਆ ਗਿਆ ਕਿ ਜੋ ਲੋਕ ਇੰਜ ਦੀਆਂ ਹਰਕਤਾਂ ਕਰਦੇ ਨੇ ਜੀ ਕਿ ਬੰਦਾ ਵੱਧ ਕਿਰਦਾਰ ਹੁੰਦਾ ਜਿਹਦਾ ਕਿਰਦਾਰ ਹੀ ਕੋਈ ਨਹੀਂ, ਜਿਹਦੀ ਸਿਹਤ ਹੀ ਕੋਈ ਨਹੀਂ, ਅਤੇ ਉਹਦੀ ਔਲਾਦ ਜਿਹੜੀ ਹੈ ਉਹ ਤਗੜੀ ਹੋ ਜਾਂਦੀ ਹੈ, ਤੂੰ ਉਹਦੀ ਕਬਰ ਦੇ ਉੱਤੇ ਐਡੇ ਮਸ਼ਰੂ ਦਾ ਮਹਿੰਗੇ ਅਛਾੜ ਪਾਉਂਦੇ ਫਿਰਦੇ ਨੇ ਜੀ ਜੀ ਹੈਂਜੀ, ਅਤੇ ਇਹ ਗੱਲ ਫੱਬਦੀ ਨਹੀਂ, ਫੱਬਦੀ ਨਹੀਂ। ਇਹਦੇ ਨਾਲ ਬਾਜਵਾ ਸਾਹਿਬ ਇੱਕ ਰਲਦਾ ਮਿਲਦਾ, ਇਹਦੇ ਨਾਲ ਇੱਕ ਦੂਜਾ ਰਲਦਾ ਮਿਲਦਾ ਖਾਨਮੀ ਇਹ ਵੇ ਕਿ ਕਬਰ ਕੰਜਰ ਦੀ ਅਤੇ ਅਛਾੜ ਬਾਫਤੇ ਦਾ। ਹਾਂ ਹਾਂਜੀ, ਕਿ ਕੰਜਰ ਵੀ ਤੁਹਾਨੂੰ ਪਤਾ ਉਹ ਇਹ ਕੰਜਰ ਬਾਦਸ਼ਾਹ ਨੇ ਲਿਖਿਆ, ਕੰਜਰ ਸੋ ਜੋ ਗੈਰ ਤੋਂ ਬਾਅਦ ਹੋਵੇ ਅਤੇ ਭਾਬੜਾ ਬਿਨਾਂ ਇਸ਼ਨਾਨ ਹੋਵੇ ਹੈਂਜੀ, ਤੂੰ ਕੰਜਰ ਦੀ ਕਬਰ ਦੇ ਉੱਤੇ ਵੀ ਤਿੱਲੇ ਵਾਲੇ ਕੱਪੜੇ ਦਾ ਤੁਸੀਂ ਛਾੜ ਪਾ ਦਿਓਗੇ ਤੇ ਫਿਰ ਕੋਈ ਸੋਹਣਾ ਨਹੀਂ ਲੱਗੇਗਾ, ਕਿਉਂਕਿ ਉਹਦਾ ਤੇ ਕਿਰਦਾਰ ਹੀ ਜ਼ਿੰਦਗੀ 'ਚ ਕੋਈ ਸੀ, ਕੰਜਰ ਕਿਹੜਾ ਬਗੈਰ ਗੈਰਤ ਤੋਂ ਹੈ। ਤੇ ਉਹ ਗੱਲ ਇਹ ਹੈ ਕਿ ਇਹ ਜਦੋਂ ਕੋਈ ਉਹ ਕੰਮ ਕੀਤਾ ਜਾਏ ਕਿ ਜਿਹੜਾ ਸੋਹਣਾ ਨਾ ਲੱਗੇ, ਕਿਉਂਕਿ ਵੇਖੋ ਨਾ ਜਿਸ ਤਰ੍ਹਾਂ ਮੈਂ ਅਰਜ਼ ਕੀਤਾ ਵੀ ਜੱਗ ਪਾਉਂਦਾ ਪਾਈਏ ਤੇ ਮਨ ਪਾਉਂਦਾ ਖਾਈਏ, ਜਿਵੇਂ ਦੁਨੀਆ ਖੜਦੀ ਹੈ ਨਾ ਜਿਸ ਤਰ੍ਹਾਂ ਦੇ ਕੱਪੜੇ ਪਾਉਂਦੀ ਹੈ ਲਿਬਾਸ ਪਾਉਂਦੀ ਹੈ, ਤੁਸੀਂ ਵੀ ਉਹਨਾਂ ਨਾਲ ਰਲਦਾ ਮਿਲਦਾ ਪਾਓ। ਅਗਰ ਤੁਸੀਂ ਉਹਨਾਂ ਨੂੰ ਕੋਈ ਨਵੇਕਲਾ ਹੀ ਕੋਈ ਮਤਲਬ ਹੈ ਕੋਈ ਇਸ ਤਰ੍ਹਾਂ ਦਾ ਬਣਾਈ ਫਿਰੋਗੇ ਤੇ ਫਿਰ ਉਹ ਸੋਹਣਾ ਨਹੀਂ ਲੱਗੇਗਾ, ਫਿਰ ਉਹ ਲੋਕੀ ਉਂਗਲਾਂ ਕਰਨਗੇ ਹੈਂਜੀ। ਇਹੋ ਹੀ ਇਸ ਅਖਾਣ 'ਚ ਮੱਤ ਦਿੱਤੀ ਗਈ ਹੈ ਕਿ ਜਿਹੜੀ ਕੋਈ ਕਿਸੇ ਦੀ ਸਿਹਤ ਹੁੰਦੀ ਹੈ ਨਾ ਹੈਂਜੀ, ਉਹਨੂੰ ਉਸੇ ਹਸੀਅਤ ਦੇ ਮੁਤਾਬਕ ਇੱਜ਼ਤ ਆਦਰ ਮਾਣ ਸਤਿਕਾਰ ਦੇਣਾ ਚਾਹੀਦਾ ਚਾਹੀਦਾ। ਹਾਂ ਲਓ ਜੀ ਪਿਆਰਿਓ, ਬਾਬਾ ਜੀ ਨੇ ਬੜੀ ਖੂਬਸੂਰਤ ਵਜ਼ਾਹਤ ਕਰ ਦਿੱਤੀ। ਸਾਡੀ ਧੀ ਰਾਣੀ ਮਹਿਵਿਸ਼ ਮਕਬੂਲ ਹੋਰਾਂ ਨੇ ਅਖਾਣ ਭਿਜਵਾਇਆ ਸੀ ਵੀ ਕਬਰ ਕੁੱਤੇ ਦੀ ਅਤੇ ਉਛਾੜ ਮਸ਼ਰੂ ਦਾ, ਯਾਨੀ ਨਾ ਅਹਿਲ ਬੰਦੇ ਨੂੰ ਜਦੋਂ ਅਸੀਂ ਐਸੇ ਇਜ਼ਾਜ਼ਾਤ ਐਸੇ ਅਲਕਾਬ ਦੇ ਨਾਲ ਨਵਾਜ਼ ਦਈਏ, ਉਹਨੂੰ ਐਸੇ ਟਾਈਟਲਸ ਦੇ ਦਈਏ ਜਿਹਦੇ ਉਹ ਅਹਿਲ ਹੀ ਨਹੀਂ ਹੈਗਾ, ਅਤੇ ਇੱਕ ਤਾਂ ਲੁਕਾਈ ਦੇ ਨਾਲ ਵੀ ਧਰੋਸਾ ਕੀਤਾ ਅਤੇ ਦੂਸਰਾ ਉਹ ਥੋੜ੍ਹੀ 'ਚ ਬਹੁਤਾ ਪਾ ਕੇ ਅਤੇ ਨਾ ਅਹਿਲ ਨੂੰ ਅਹਿਲ ਸਾਬਤ ਕਰਕੇ ਅਤੇ ਉਹਦੇ ਨਾਲ ਵੀ ਜ਼ਿਆਦਤੀ ਕੀਤੀ, ਕਿਉਂਕਿ ਉਹ ਤਾਂ ਹੁਣ ਕਾਹ ਤੋਂ ਬਾਹਰ ਹੋ ਜਾਏਗਾ। ਪਿਆਰਿਓ ਬੜਾ ਹੀ ਸੋਹਣਾ ਇੱਕ ਉਰਦੂ ਦਾ ਮੈਨੂੰ ਸ਼ੇਰ ਯਾਦ ਆ ਗਿਆ, ਭਈ ਜਾਹਿਲ ਕੋ ਅਗਰ ਜੋਹਲ ਕਾ ਇਨਾਮ ਦਿਆ ਜਾਏ, ਇਸ ਹਾਦਸਾ ਵਕਤ ਕੋ ਕਿਆ ਨਾਮ ਦਿਆ ਜਾਏ, ਔਰ ਰਿੰਦੋ ਕੀ ਹੈ ਤੋਹੀਨ ਔਰ ਮੈਖਾਨੇ ਕੀ ਸੁਬਕੀ, ਕਮ ਜ਼ਰਫ ਕੇ ਹੱਥੋਂ ਮੈਂ ਅਗਰ ਜਾਮ ਦਿਆ ਜਾਏ। ਅਤੇ ਇਹ ਜਿਹੜੀ ਅਖਾਣ ਜਿਹੜਾ ਭਿਜਵਾਇਆ ਗਿਆ ਨਾ, ਇਹਦੇ ਪਿੱਛੇ ਇਹ ਹੀ ਰਾਜ਼ ਮੁਜ਼ਮਰ ਹੈ, ਇਹ ਹੀ ਇਹਦੇ ਮਹਿਨੇ ਨੇ, ਵੀ ਇੱਕ ਨਾ ਅਹਿਲ ਨੂੰ ਜਾਂ ਇੱਕ ਕਮ ਜ਼ਰਫ ਨੂੰ ਉਹਦੇ ਜ਼ਰਫ ਤੋਂ ਜ਼ਿਆਦਾ ਨਹੀਂ ਨਵਾਜ਼ਣਾ ਚਾਹੀਦਾ, ਨਾ ਉਹਦੀ ਓਨੀ ਇੱਜ਼ਤ ਆਬਰੂ ਕਰਨੀ ਚਾਹੀਦੀ ਹੈ, ਜਿਸ ਕਾਬਲ ਉਹ ਹੋਵੇ ਉਹਨੂੰ ਉੱਥੇ ਹੀ ਰੱਖਣਾ ਚਾਹੀਦਾ। ਬਾਬਾ ਜੀ ਸਈਦ ਸ਼ਫੀਕ ਨੇ ਨੀਦਰਲੈਂਡ ਤੋਂ, ਸਾਡੇ ਬੜੇ ਪਿਆਰੇ ਮਿੱਤਰ, ਸਾਡੇ ਪ੍ਰੋਗਰਾਮਸ ਵੇਖਦੇ ਨੇ, ਪੰਜਾਬੀ ਦੇ ਆਸ਼ਕ ਨੇ, ਮਾਂ ਬੋਲੀ ਨਾਲ ਪਿਆਰ ਕਰਦੇ ਨੇ, ਉਹਨਾਂ ਅਖਾਣ ਭਜਵਾਇਆ ਵੀ ਬੂਹੇ ਆਈ ਜੰਜ ਤੇ ਵਿਨੋ ਕੁੜੀ ਦੇ ਕੰਨ। ਇਹ ਵੈਸੇ ਤੇ ਅਸੀਂ ਬਹੁਤ ਪਹਿਲੇ ਆਪਣੇ ਇੱਕ ਵਿਵਾਦ ਹਾਂਜੀ ਇਹ ਕਰ ਦਿੱਤਾ ਸੀ ਅਸੀਂ ਖਾਣ, ਲੇਕਿਨ ਗੱਲ ਥੋੜਾ ਜਿਹਾ ਸਮਝਾ, ਇਹਦਾ ਮਤਲਬ ਇਹ ਹੀ ਹੈ ਕਿ ਹਰ ਕੰਮ ਬੰਦੇ ਨੂੰ ਵੇਲੇ ਸਿਰ ਕਰਨਾ ਚਾਹੀਦਾ। ਹਾਂਜੀ ਹਾਂਜੀ,
ਅਤੇ ਜਦੋਂ ਮਤਲਬ ਇਹ ਕਿ ਮਤਲਬ ਸਿਰ ਦੇ ਉੱਤੇ ਵੇਲਾ ਆ ਜਾਵੇ ਅਤੇ ਫਿਰ ਉਹ ਮਾਵਾਂ ਜਿਹੜੀਆਂ ਨੇ ਮੂਰਖ ਮਾਵਾਂ ਉਹ ਆਉਂਦੀਆਂ ਨੇ ਕਿ ਧਰੂ ਨਹੀਂ ਧੀਏ ਧਰੂ, ਹੈਂਜੀ, ਅਤੇ ਜੰਝ ਆਈ ਆ ਖੂਹ ਅਤੇ ਕੱਤ ਨਹੀਂ ਧੀਏ ਕੱਤ, ਵਡੀਂਦਾ ਪਿਆ ਹੀ ਨੱਕ। ਅੱਛਾ, ਤੂੰ ਗੱਲ ਇਹ ਹੈ ਕਿ ਇਹ ਕੰਮ ਤੇ ਉਦੋਂ ਕਰਨ ਵਾਲਾ ਹੁੰਦਾ ਜਦੋਂ ਤੁਸੀਂ ਦਿਨ ਮਿਥਣ ਤੋਂ ਵੀ ਪਹਿਲਾਂ, ਜਦੋਂ ਧੀਆਂ ਦਾ ਜਿਹੜੀਆਂ ਜਵਾਨੀ ਚੜ੍ਹਦੀਆਂ ਹੁੰਦੀਆਂ ਨੇ ਤੇ ਜਿਹੜੀਆਂ ਸੁੱਗਣ ਸਿਆਣੀਆਂ ਮਾਵਾਂ ਹੁੰਦੀਆਂ ਨੇ ਉਹ ਉਹਨਾਂ ਲਈ ਸਾਰਾ ਕੱਤਣ ਤੁੰਬਣ ਤੇ ਦਾਜ ਦਹੇਜ ਉਹਨਾਂ ਲਈ ਸਾਰਾ ਉਦੋਂ ਤਿਆਰ ਕਰ ਲੈਂਦੀਆਂ ਨੇ ਤੇ ਜਿਹੜੀਆਂ ਮੂਰਖ ਮਾਵਾਂ ਆਖਣ ਖੈਰ ਸਲਾਹ ਕਰ ਲਾਂਗੇ ਖੈਰ ਸਲਾਹ ਕਰ ਲਾਂਗੇ, ਹਾਲੀ ਕੁੜੀ ਕਿਹੜੀ ਜਵਾਨ ਹੋ ਗਈ ਹੈ ਤੇ ਉਹ ਫਿਰ ਵੇਲਾ ਇੰਝ ਆ ਜਾਂਦਾ ਬਈ ਉਧਰੋਂ ਦਿਨ ਮਿੱਥੇ ਜਾਂਦੇ ਨੇ ਤੇ ਜੰਝ ਜਿਹੜੀ ਇਹਨਾਂ ਉਹ ਬੂਹੇ ਤੇ ਆ ਕੇ ਬਹਿ ਜਾਂਦੀ ਏ ਤੇ ਫਿਰ ਆਉਂਦੇ ਨੇ ਕਿ ਇਹਦੇ ਕੰਨ ਵਿੰਨੋ ਕਿ ਇਹਦੇ 'ਚ ਕੰਨੀ ਜਿਹੜਾ ਜ਼ੇਵਰ ਪਾਉਣਾ ਤੇ ਉਸ ਵੇਲੇ ਇਹਦੇ ਵਿੱਚੋਂ ਲਹੂ ਹੀ ਵਗਣਾ ਕੰਨਾਂ ਦਿਓ। ਤੋ ਇਹਦੇ 'ਚ ਮੱਤ ਇਹ ਹੀ ਦਿੱਤੀ ਗਈ ਹੈ ਕਿ ਸਾਨੂੰ ਹਰ ਕੰਮ ਜਿਹੜਾ ਉਹ ਆਪਣੇ ਵੇਲੇ ਸਿਰ ਕਰਨਾ ਚਾਹੀਦਾ, ਹਾਂਜੀ, ਔਰ ਜਿਹੜੀਆਂ ਕੌਮਾਂ ਜਾਂ ਜਿਹੜੇ ਲੋਕ ਆਪਣੇ ਕੰਮਾਂ ਨੂੰ ਵੇਲੇ ਸਿਰ ਨਹੀਂ ਕੁੰਜਦੇ ਨਹੀਂ ਸਾਂਭਦੇ ਉਹਨਾਂ ਦਾ ਹਾਲ ਫਿਰ ਇਹ ਹੀ ਹੁੰਦਾ ਜਿਵੇਂ ਤਾਲੋਂ ਖੁੰਜੀ ਡੂਮਣੀ ਕਰਦੀ ਤਾਲ ਬਤਾਲ, ਉਹ ਫਿਰ ਸਾਰੀ ਉਮਰ ਨਾ ਮਤਲਬ ਇਸ ਤਰ੍ਹਾਂ ਇੰਨਾ ਡਾਵਾਂ ਡੋਲ ਜ਼ਿੰਦਗੀ ਗੁਜ਼ਾਰ ਦਿੰਦੇ ਨੇ, ਉਹ ਕੋਈ ਕਾਮਯਾਬ ਲੋਕ ਨਹੀਂ ਗਿਣੇ ਜਾ ਸਕਦਾ ਜੀ। ਹਾਂਜੀ, ਜਿਵੇਂ ਇਸੇ ਤਰ੍ਹਾਂ ਦੀ ਇੱਕ ਖਾਨ ਤੁਸਾਂ ਉਹ ਵੀ ਅਸੀਂ ਕਰ ਬੈਠੇ ਹਾਂ, ਤੁਸਾਂ ਸਮਝਾਇਆ ਸੀ ਬਈ ਜਾਂ ਪਈਆਂ ਤਰਕਾਲਾਂ ਤੇ ਹਾਂਜੀ ਚੱਜੀ ਮਾਰੇ ਛਾਲਾਂ, ਬਿਲਕੁਲ ਉਹ ਵੀ ਇਹਦੇ ਨਾਲ ਦਾ ਹੋਰ ਬੜੇ ਇਸ ਤਰ੍ਹਾਂ ਦੇ ਇਹ ਸਾਡੇ ਸਮਝਾਉਣ ਵਾਸਤੇ ਨੇ ਨਾ ਸਾਰਾ ਕੁਝ ਕਿ ਸਾਨੂੰ ਸੁਲੱਖਣੀ ਮੱਤ ਸੋਹਣੀ ਸੋਭਾ ਪਰਾ ਸੋਭਾ ਪਰੀ ਜੀਵਨੀ ਗੁਜ਼ਾਰਨ ਦਾ ਵਲ ਸਿਖਾਉਣ ਲਈ ਇਹ ਸਾਰੀਆਂ ਜਿਹੜੀਆਂ ਨੇ ਮੱਤਾਂ ਸਾਨੂੰ ਦਿੱਤੀਆਂ ਜਾਂਦੀਆਂ। ਹਾਂਜੀ ਲਓ ਜੀ ਪਿਆਰਿਓ, ਤੁਸੀਂ ਇਸ ਅਖਾਣ ਦਾ ਵੀ ਮਤਲਬ ਸੁਣ ਲਿਆ, ਬਾਬਾ ਜੀ ਨੇ ਫਿਰ ਬੜੀ ਸੋਹਣੀ ਵੰਡ ਕੀਤੀ। ਮੈਂ ਗੁਜ਼ਾਰਿਸ਼ ਕਰਾਂਗਾ ਆਪਣੇ ਬੜੇ ਪਿਆਰੇ ਮੁਹਤਰਮ ਮੁਅੱਕਰ ਮੁਫੱਖਰ ਮੁਅੱਜ਼ਜ਼ ਵਿਊਅਰਸ ਦੀ ਖਿਦਮਤ ਦੇ ਵਿੱਚ, ਤੁਸੀਂ ਸਾਨੂੰ ਅਖਾਣ ਭਿਜਵਾਉਂਦੇ ਹੋ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਤੁਸੀਂ ਸਾਡੇ ਨਾਲ ਅਤੇ ਆਪਣੀ ਮਾਂ ਬੋਲੀ ਨਾਲ ਪਿਆਰ ਕਰਦੇ ਹੋ ਤਾਂ ਹੀ ਸਾਨੂੰ ਭੇਜਦੇ ਹੋ, ਲੇਕਿਨ ਜਿਹੜੇ ਸਾਡੇ ਹੁਣ ਸਾਡੇ ਨਾਲ ਰਲੇ ਨੇ ਸਾਡੇ ਪੰਜਾਬੀ ਕਲੱਬ ਦੇ ਵਿੱਚ ਹੁਣ ਤਸ਼ਰੀਫ ਲਿਆਏ ਨੇ ਹੁਣ ਸ਼ਾਮਿਲ ਹੋਏ ਨੇ ਸਾਡੇ ਪਿਆਰੇ ਵਿਊਅਰਸ, ਉਹਨਾਂ ਦੀ ਸੇਵਾ 'ਚ ਇਹ ਵੀ ਅਰਜ਼ ਹੈ ਕਿ ਬਹੁਤ ਸਾਰੇ ਤੁਹਾਡੇ ਅਖਾਣ ਜਿਹੜੇ ਤੁਸੀਂ ਅੱਜ ਕੱਲ੍ਹ ਭਿਜਵਾ ਰਹੇ ਹੋ ਉਹਨਾਂ ਦੇ ਤਰਾਜਮ ਉਹਨਾਂ ਦੇ ਮਤਲਬ ਬਾਬਾ ਜੀ ਦੱਸ ਚੁੱਕੇ ਨੇ, ਪੂਰਾ ਸਮਝਾ ਚੁੱਕੇ ਨੇ, ਉਹਨਾਂ ਦਾ ਪਿਛੋਕੜ ਵੀ ਸਾਰਾ ਕੁਛ ਅਸੀਂ ਆਪਣੇ ਪਿਛਲੇ ਵਿਲੌਗਸ ਦੇ ਵਿੱਚ ਦੱਸ ਚੁੱਕੇ ਹੋਏ ਹਾਂ, ਅਤੇ ਬਰਾਏ ਕਰਮ 100 ਵਾਰੀ ਸਾਨੂੰ ਨਵੀਆਂ ਚੀਜ਼ਾਂ ਭਿਜਵਾਓ ਵੀ, ਤੁਹਾਡੇ ਨਾਲ ਰਾਬਤਾ ਸਾਡੇ ਵਾਸਤੇ ਬਾਇਸੇ ਫਖਰ ਹੈ, ਲੇਕਿਨ ਸਾਡੇ ਪੁਰਾਣੇ ਵਿਲਾਗਸ ਵੀ ਬਰਾਹੇ ਕਰਮ ਦੇਖਿਆ ਕਰੋ, ਬਹੁਤ ਸਾਰੀਆਂ ਚੀਜ਼ਾਂ ਤਾਂ ਤੁਹਾਨੂੰ ਉਹਨਾਂ ਦੇ ਵਿੱਚ ਹੀ ਮਿਲ ਜਾਣਗੀਆਂ, ਬਹੁਤ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਅਲਹਮਦੁਲਿਲਾ ਪੰਜਾਬੀ ਬਾਬਤ ਆਪਣੀ ਮਾਂ ਬੋਲੀ ਬਾਬਤ ਇਨਸ਼ਾਅੱਲਾ ਤੁਹਾਨੂੰ ਸਾਡੇ ਪੁਰਾਣੇ ਵਿਲਾਗਸ ਦੇ ਵਿੱਚ ਮਿਲ ਜਾਣਗੇ, ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਜਿਹੜੀਆਂ ਅੱਜ ਸਾਡੇ ਬੇਲੀ ਸਾਥੋਂ ਪੁੱਛਦੇ ਨੇ ਉਹ ਬਾਬਾ ਜੀ ਤੁਹਾਨੂੰ ਦੱਸ ਚੁੱਕੇ ਨੇ। ਪਿਆਰਿਓ, ਇਹਦੇ ਨਾਲ ਹੀ ਸਾਡੇ ਅੱਜ ਦੇ ਵਿਲਾਗ ਦਾ ਵੇਲਾ ਮੁੱਕ ਗਿਆ, ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ, ਲੈ ਉਹ ਯਾਰ ਹਵਾਲੇ ਰੱਬ ਦੇ ਅਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਅਤੇ ਅੱਲਾ ਬੇਲੀ।
ਰੌਣਕ ਹੋ ਜਾਉ ਝੱਟ ਹਾਏ ਚੱਲ।